ਓਏ ਟੱਲੀ ਰਾਮਾ ਬੜਾ ਮੂੰਹ ਲਟਕਾਈ ਬੈਠਾ, ਕਿਤੇ ਮਿਲ ਜਾਵੇ ਭੈਣ ਦਾ ਦਲੈਂਕੜਾ ਜਿਹਨੇ ਇਹ ਕਾਰਾ ਕੀਤਾ। ਓਏ ਆਖਿਰ ਹੋਇਆ ਕੀ, 6 ਮਹੀਨੇ ਪਹਿਲਾਂ 80 ਰੁਪਏ ਦਾ ਕੱਛਾ ਲੈ ਕੇ ਆਇਆ, ਉੱਤੋਂ ਸ਼ਹਿਰ ਆਉਣ ਜਾਣ ਦਾ 11-12 ਰੁਪਏ ਦਾ ਭਾੜਾ। ਇਹਦਾ ਮਤਲਬ ਕੱਛਾ ਤੈਨੂੰ 91 ਜਾਂ 92 ਚ ਪੈ ਗਿਆ। ਓਏ ਪਰ ਹੁਣ ਰੋਣਾ ਕੀ ਉਹ ਆ, ਕੱਚਾ ਧੋ ਕੇ ਮੈਂ ਸਵੇਰੇ ਪਾਇਆ ਸੁੱਕਣਾ, ਮੈਂ ਕਿਆ ਕਰੂੰਗਾ ਪ੍ਰੈਸ ਤੋੜਾ ਰੁਕ ਕੇ, ਕੱਚਾ 91 ਜਾਂ 92 ਦਾ ਹੋਣਾ ਆ, ਸਾਲਾ ਕਾਂਦੀ ਉੱਤੋਂ ਲੈ ਗਿਆ ਕੋਈ ਚੁੱਕ ਕੇ। ਉਹ ਤੁਹਾਡੇ ਪਿੰਡ ਜਦੋਂ ਨੀ ਮੈਂ ਕੱਚਾ ਪਾ ਕੇ ਆਉਂਦਾ ਸੀ, ਮੁੜੀ ਜਾਂਦਾ ਨਾਲ ਸਿਰ ਤੋਂ ਬੰਨ ਕੇ ਲਿਆਉਂਦਾ ਸੀ, ਤੁਹਾਡੇ ਪਿੰਡ ਜਦੋਂ ਨੀ ਮੈਂ ਕੱਚਾ ਪਾ ਕੇ ਆਉਂਦਾ ਸੀ, ਮੁੜੀ ਜਾਂਦਾ ਨਾਲ ਸਿਰ ਤੋਂ ਬੰਨ ਕੇ ਲਿਆਉਂਦਾ ਸੀ, ਲੰਘ ਜਾਂਦਾ ਸੀਗਾ ਟੈਂਪੂ ਤੇਜ ਕੱਚਾ ਪਾੜ ਲੈਂਦੇ ਸੀਗੇ ਉਦੋਂ ਘੁੱਟ ਕੇ, ਕੱਚਾ 91 ਜਾਂ 92 ਦਾ ਹੋੜ ਆਇਆ, ਸਾਲਾ ਕਾਂਦੀ ਉੱਤੋਂ ਲੈ ਗਿਆ ਕੋਈ ਚੁੱਕ ਕੇ, ਕੱਚਾ 91 ਜਾਂ 92 ਦਾ ਹੋੜ ਆਇਆ, ਚੋਰ ਕਾਂਦੀ ਉੱਤੋਂ ਲੈ ਗਿਆ ਕੋਈ ਚੁੱਕ ਕੇ। ਦਿਨ ਸੀ ਕੱਛੇ ਦੇ ਯਾਦ ਆ ਗਏ, ਜਦੋਂ ਮਰਦੀ ਕੱਛੇ ਦੀ ਸੀਗੀ ਲੁੱਕ ਤੇ, 91 ਜਾਂ 92 ਦਾ ਹੋੜ ਆਇਆ, ਸਾਲਾ ਕਾਂਦੀ ਉੱਤੋਂ ਲੈ ਗਿਆ ਕੋਈ ਚੁੱਕ ਕੇ, ਕੱਛਾ 91 ਜਾਂ 92 ਦਾ ਹੋੜ ਆਇਆ, ਚੋਰ ਕਾਂਦੀ ਉੱਤੋਂ ਲੈ ਗਿਆ ਕੋਈ ਚੁੱਕ ਕੇ। ਖਿੱਚਦਾ ਸੀ ਕੱਚ ਦੀਆਂ ਫੋਟੋਆਂ, ਰੋਜ਼ ਪਾਉਂਦਾ ਸੀ